ਮੇਰੇ ਸਾਹਮਣੇ ਨਾ ਇੱਕ ਬਜ਼ੁਰਗ ਬੈਠੇ ਨੇ, ਸਾਜ਼ ਵਜਾ ਰਹੇ ਹਨ। ਸਾਰੰਗੀ ਵਰਗਾ ਇਹ ਸਾਜ਼ ਮੈਨੂੰ ਲੱਗਦਾ ਹੈ, ਜਾਪਦਾ ਹੈ। ਹਾਂ, ਛੋਟਾ ਸਾਈਜ਼ ਹੈ ਥੋੜ੍ਹਾ ਜਿਹਾ, ਅਤੇ ਬਹੁਤ ਭਾਵਨਾ ਨਾਲ ਵਜਾ ਰਹੇ ਹਨ। ਇਹੀ ਸੰਗਤੀ ਕੀਰਤਨ ਹੈ। ਇਹ ਜ਼ਰੂਰੀ ਨਹੀਂ ਹੈ ਕਿ ਸਟੇਜ 'ਤੇ ਬੈਠਾ ਉਹ ਕੋਈ ਜ਼ਿਆਦਾ ਕੀਰਤਨੀਆ ਹੈ ਅਤੇ ਜਿਹੜੇ ਥੱਲੇ ਬੈਠੇ ਹਨ ਉਹ ਕੋਈ ਘੱਟ ਕੀਰਤਨੀਆਂ ਹਨ। ਇਹ ਸਿਰਫ ਬਾਣੀ ਦਾ ਅਦਬ ਤੁਸੀਂ ਕਰਦੇ ਹੋ, ਜਿਹੜਾ ਕੀਰਤਨੀਆਂ ਨੂੰ ਤੁਸੀਂ ਆਪਣੇ ਤੋਂ ਉੱਚਾ ਬਿਠਾਉਂਦੇ ਹਾਂ ਬਿਠਾਉਂਦੇ ਹੋ। ਇਹ ਹੱਡ ਮਾਸ ਦੀ ਕੋਈ ਸਿਆਣਪ ਨਹੀਂ ਹੈ, ਪਹਿਲੀ ਗੱਲ। ਸਤਿਗੁਰ ਦੀ ਬਾਣੀ ਦਾ ਅਦਬ, ਬਾਣੀ ਦਾ ਸਤਿਕਾਰ ਅਸੀਂ ਕਰਨਾ ਜਾਣਦੇ ਹਾਂ, ਤਾਂ ਕਰਕੇ ਕੀਰਤਨੀਆਂ ਨੂੰ ਮਾਣ ਮਿਲਦਾ ਹੈ। ਇਹ ਬਜ਼ੁਰਗ ਜਿਹੜੇ ਬੈਠੇ ਹਨ ਮੈਂ ਦੇਖ ਰਿਹਾ, ਕੱਲ੍ਹ ਤੋਂ ਬਹੁਤ ਪਿਆਰ ਨਾਲ, ਬੜੀ ਸ਼ਰਧਾ ਨਾਲ ਨਾਲ ਇਹ ਆਪਣਾ ਸਾਜ਼ ਵਜਾ ਰਹੇ ਹਨ। ਮੇਰੇ ਲਈ ਤੁਸੀਂ ਕੀਰਤਨ ਮਾਇਆ ਭਾਵੇਂ ਪਾਓ ਜਾਂ ਨਾ ਪਾਓ, ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪਏਗਾ, ਪਰ ਇਹਨਾਂ ਦੀ ਝੋਲੀ 'ਚ ਜ਼ਰੂਰ ਕੁਛ ਪਾ ਕੇ ਜਾਇਓ। ਇਹ ਮੇਰੀ ਦੋ ਹੱਥ ਜੋੜ ਕੇ ਬੇਨਤੀ ਹੈ। ਇੱਕ ਅਦਬ ਹੁੰਦਾ ਹੈ, ਸਤਿਕਾਰ ਹੁੰਦਾ ਹੈ, ਜਿਹੜੇ ਭਾਵਨਾ ਨਾਲ ਬੈਠੇ ਹਨ ਉਹਨਾਂ ਦੀ ਝੋਲੀ ਵਿੱਚ ਜ਼ਰੂਰ ਕੁਛ ਪਾ ਕੇ ਜਾਇਓ। ਕਰ ਕੀਰਤਨ ਹੋਏ ਨਾਰ ਕਰ